ਘਰ ਵਿੱਚ ਇਕੱਲੇ ਰਹਿੰਦੇ ਪਤੀ ਪਤਨੀ ਦਾ ਹੋਇਆ ਕਤਲ। ਬਟਾਲਾ ਪੁਲਿਸ ਅਧੀਨ ਪੈਂਦੇ ਪਿੰਡ ਮਿੱਕਾ 'ਚ ਸਵੇਰੇ ਸਾਰ ਉਸ ਸਮੇਂ ਦਹਿਸ਼ਤ ਭਰਿਆ ਮਾਹੌਲ ਬਣ ਗਿਆ ਜਦੋਂ ਇੱਕ ਘਰ ਦੇ ਅੰਦਰੋਂ ਪਤੀ ਪਤਨੀ ਦੀਆਂ ਲਾਸ਼ਾਂ ਬਰਾਮਦ ਹੋਈਆਂ। ਲਾਸ਼ਾਂ ਦੇਖ ਕੇ ਸਾਫ ਜ਼ਾਹਿਰ ਹੋ ਰਿਹਾ ਸੀ ਕਿ ਪਤੀ ਪਤਨੀ ਦਾ ਕਤਲ ਕੀਤਾ ਗਿਆ ਹੈ ਸੀ। ਇਤਲਾਹ ਮਿਲਦੇ ਹੀ ਮੌਕੇ 'ਤੇ ਪਹੁੰਚੀ ਪੁਲਿਸ ਟੀਮ ਦੇ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਸਿਵਲ ਹਸਪਤਾਲ ਬਟਾਲਾ ਪੋਸਟਮਾਰਟਮ ਲਈ ਭੇਜਿਆ ਗਿਆ ਅਤੇ ਅਗਲੀ ਪੁੱਛਗਿੱਛ ਸ਼ੁਰੂ ਹੋ ਗਈ ਅਤੇ ਕਾਨੂੰਨ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ। ਹਾਂਜੀ, ਚਾਚਾ ਜੀ ਮੇਰੇ ਚਾਚੀ ਜੀ ਅਤੇ ਇਹਨਾਂ ਮੁੰਡਾ ਬਾਹਰੋਂ ਫੋਨ ਕਰਦਾ ਸੀ ਵਾਰ ਵਾਰ ਕਿ ਮੇਰਾ ਫੋਨ ਬੰਦ ਆ, ਕੋਈ ਗੱਲਬਾਤ ਨਹੀਂ ਹੋ ਰਹੀ। ਉਹ ਮੈਂ ਦੋ ਤਿੰਨ ਵਾਰ ਫਿਰ ਇੱਥੋਂ ਹੋ ਕੇ ਗਿਆ ਹਾਂ ਅਤੇ ਜਿੰਦੇ ਆ ਵੱਜਿਆ ਹੁੰਦਾ ਸੀ ਅਤੇ ਮੈਂ ਚਲੋ ਕਿਸੇ ਰਿਸ਼ਤੇਦਾਰ ਦੇ ਗਏ ਦਵਾਈ ਲਿਆਉਣ। ਫਿਰ ਚਲੋ 9-10 ਵਜੇ ਆ ਕੇ ਫਿਰ ਵੇਖਿਆ ਉਦੋਂ ਜਿੰਦਾ ਵੱਜਿਆ। ਫਿਰ ਅਸੀਂ ਚਲੋ ਇੱਕ ਸਰਪੰਚ ਸਾਹਿਬ ਹੋਰ 2-4 ਬੰਦੇ ਲਏ ਅਤੇ ਫਿਰ ਪੁਲਿਸ ਨੂੰ ਤਲਾਹ ਕੀਤੀ ਆ, ਉਹ ਆਏ ਨੇ ਅਤੇ ਆ ਕੇ ਆਪਾਂ ਫਿਰ ਇਹਦੀ ਜਾ ਕੇ ਤਾਂ ਦੇਖਿਆ ਵਾ ਨਾਲ ਮੁਲਾਜ਼ਮ ਹੀ ਅਤੇ ਦੇਖਿਆ ਬੋਡੀ ਵੀ ਅਤੇ ਫਰਸ 'ਤੇ। ਫਿਰ ਅਸੀਂ ਜਿੰਦਾ ਭੰਨਿਆ ਵਾ ਅਤੇ ਫਿਰ ਉੱਪਰ ਗਏ ਹਾਂ, ਉੱਪਰ ਵੀ ਡੈਡ ਬੋਡੀ ਪਈ, ਦੋਨੋਂ ਡੈਡ ਬੋਡੀਆਂ ਮਤਲਬ ਡੈਥ ਹੋ ਚੁੱਕੀ। ਇਹਨਾਂ ਦਾ ਨਾਂ ਕੀ ਸੀ ਜਿਹਨਾਂ ਦੀ ਡੈਥ ਹੋਈ? ਲਸਕਰ ਸਿੰਘ, ਵਾਈਫ ਆਪਣਾ ਨਾਂ ਹੀ ਹੈ ਅਮਰੀਕ ਕੌਰ। ਕਿੰਨੀ ਕੁ ਉਮਰ ਹੋਊਗੀ ਇਹਨਾਂ ਦੀ? ਇਹਨਾਂ ਦੀ ਚਾਚਾ ਦੀ ਹੈਗੀ 50-55 ਸਾਲ, ਉਹਨਾਂ ਦੀ 45 ਦੀ ਸਾਲ। ਇਹ ਕੰਮ ਕੀ ਕਰਦੇ ਸੀ ਪਹਿਲਾਂ? ਇਹ ਰਿਟਾਇਰ ਹੋਏ BSL 'ਚ, ਤੋਂ ਆਪਣਾ ਖੇਤੀਬਾੜੀ ਦਾ ਰਿਟਾਇਰ ਸੀ BSL 'ਚ। ਅਤੇ ਜਿਹੜਾ ਤੁਸੀਂ ਆਣ ਕੇ ਵੇਖਿਆ ਉਹ ਕਦੋਂ ਤੁਹਾਨੂੰ ਪਹਿਲਾਂ ਕਦੋਂ ਮਿਲੇ ਤੁਹਾਨੂੰ? ਮਤਲਬ ਸਾਨੂੰ 9 ਤਰੀਕ ਨੂੰ ਪਹਿਲਾਂ ਹੀ ਸਾਨੂੰ 9 ਦਿਨੇ ਮਤਲਬ ਸਾਡੇ ਨਾਲ ਹੀ ਉਦੋਂ ਮੋਟਰ ਤੋਂ ਆਏ ਸੀ ਸ਼ਾਮੀ ਜਾਂ 7 ਵਜੇ, ਉਦੋਂ ਪਹਿਲਾਂ ਸਾਨੂੰ ਟੱਕਰੀ, ਬਾਅਦ 'ਚ ਫਿਰ ਅੱਗਾ ਕੰਟੈਕਟ ਹੋਇਆ। ਇਹਨਾਂ ਦਾ ਬੇਟਾ ਕਿਹੜੀ ਜਗ੍ਹਾ? ਇਹਨਾਂ ਦਾ ਦੁਬਈ 'ਚ ਮਨਪ੍ਰੀਤ ਸਿੰਘ। ਉਹ ਕਾਲ ਕਰਦਾ ਸੀ ਅਤੇ ਇਹਨਾਂ ਨੇ ਫੋਨ ਨਹੀਂ ਚੁੱਕਿਆ? ਹਾਂਜੀ ਹਾਂਜੀ, ਉਹ ਪਹਿਲਾਂ ਰਿਸ਼ਤੇਦਾਰਾਂ ਨੂੰ ਕਰਦਾ ਸੀ, ਰਿਸ਼ਤੇਦਾਰ ਮੈਨੂੰ ਕਰਦੇ ਸੀ, ਇਹਨਾਂ ਨੰਬਰ ਦਿੱਤਾ ਸੀ ਅਤੇ ਮੈਂ 4-5 ਵਾਰੀ ਦੇਖਿਆ ਅਤੇ ਜਿੰਦਾ ਕਰਕੇ ਬੰਦ ਤੋਂ ਬਾਅਦ ਫਿਰ ਮੈਂ ਕੋਈ ਨਹੀਂ ਵਧਾਉਣਗੇ ਗੱਲ ਕਰਾ ਲਾਂਗਾ। ਅੱਛਾ, ਫਿਰ ਤੁਸੀਂ ਆਣ ਕੇ ਵੇਖਿਆ ਸਾਰੇ? ਤੁਸੀਂ ਪੰਚਾਇਤ ਨੂੰ ਨਾਲ ਲੈ ਕੇ? ਪੰਚਾਇਤ ਨਾਲ ਮਤਲਬ ਆਪਣਾ ਅਸੀਂ ਮੁਲਾਜ਼ਮ ਸੀ ਨਾਲ, ਫਿਰ ਉਹਨਾਂ ਦੀ ਹਾਜ਼ਰੀ 'ਚ ਲੋਕ ਤੋੜ ਕੇ ਸਾਰਾ ਕੁਝ ਮਿਲਿਆ। ਅਤੇ ਇਹ ਜਿਹੜਾ ਹੋਇਆ ਵਾ, ਇਹ ਜਿਹੜੇ ਕਤਲ ਹੋਏ ਨੇ ਇਹ ਕਿਸ ਤਰ੍ਹਾਂ ਹੋਏ ਨੇ? ਕੋਈ ਗਲ ਘੁੱਟਿਆ ਜਾਂ ਕੋਈ ਗੋਲੀ ਮਾਰੀ ਜਾਂ ਕਿਸ ਤਰ੍ਹਾਂ? ਹਾਂ ਸਰ, ਉਹ ਉਹਨਾਂ ਦਾ ਬਾਈਕ ਦਾ ਅਤੇ ਗਲਾ ਘੁੱਟ ਰਿਹਾ। ਹਾਂਜੀ, ਤਾਂ ਕੱਪੜਾ ਨਾਲੇ ਵੱਜਿਆ, ਗਲਾ ਘੁੱਟ ਕੇ ਉਹਨਾਂ ਦੀ ਹੱਤਿਆ ਕੀਤੀ ਆ। ਹਾਂਜੀ, ਉਹਨਾਂ ਦੇ ਸਿਰ 'ਚ ਰਾਟ ਮਾਰੀ ਜਾਂ ਕਿੱਦਾਂ? ਠੀਕ ਹੈ, ਇਹ ਕਤਲ ਦਾ ਪਤਾ ਨਹੀਂ ਲੱਗਿਆ ਵੀ ਕਦੋਂ ਦਾ ਹੋਇਆ? ਇੱਕ ਦਿਨ? ਨਹੀਂ ਸਰ, ਉਹ ਕੋਈ ਨਹੀਂ। ਤੁਸੀਂ ਕਿੰਨੇ ਕੁ ਵਜੇ ਨਾ ਵੇਖਿਆ ਜੀ? ਸਰ 11 ਵਜੇ ਰਾਤੀ। 11? ਹਾਂਜੀ, ਰਾਤ 11:30। ਓਕੇ।